ਵਿਆਹ ਵਰਗਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਪਿੰਡ ਵਾਸੀ ਇਕੱਠੇ ਹੋਏ ਨੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਦੇਖ ਸਕਦੇ ਹੋ ਭਾਈ ਜੀ ਕਿਵੇਂ ਲੱਗ ਰਿਹਾ ਭਾਜੀ ਬਹੁਤ ਵਧੀਆ ਲੱਗ ਰਿਹਾ ਜੀ ਪਿੰਡ ਆ ਕੇ ਹੁਣ ਵਾਪਸ ਵਧੀਆ ਸਵਾਗਤ ਹੋ ਰਿਹਾ ਜੀ ਪੂਰੇ ਦੇਸ਼ ਨੇ ਬਹੁਤ ਵਧੀਆ ਪਿਆਰ ਨਾਲ ਸਵਾਗਤ ਕੀਤਾ ਆ भाई जी ਵਿਆਹ ਵਰਗਾ ਮਾਹੌਲ ਹੋਇਆ ਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਬਿਲਕੁਲ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਿੰਡ ਵਾਲਿਆਂ ਨੇ ਵਧੀਆ ਤਰੀਕੇ ਨਾਲ ਸਾਡਾ ਸਨਮਾਨ ਕੀਤਾ ਢੋਲ ਵਾਲੇ ਵੀ ਇੱਥੇ ਆ ਗਏ ਨੇ ਢੋਲ ਵਜਾ ਰਹੇ ਨੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਤੇ ਅਸੀਂ ਵੀ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹਾਂ ਅੱਜ ਸਾਰੇ ਮਿੱਠਾ ਬੋਲੀ ਬਹੁਤ ਵਧੀਆ ਦੇ ਨੇ ਅੱਜ ਮੈਂ ਆਪਣੀ ਪੂਰੀ ਹਾਕੀਆਂ ਨੂੰ ਤਾਂ ਚੱਕ ਕੇ ਉਹਨਾਂ ਨੂੰ ਰਿਸਪੈਕਟ ਦੇ ਰਿਹਾ ਤੇ ਬਾਕੀ ਇਹਨਾਂ ਨੂੰ ਕੰਗ੍ਰੈਚੁਲੇਸ਼ਨ ਸਾਡੇ ਸੀਨੀਅਰ ਪਲੇਅਰ ਨੂੰ ਮਿੱਠਾ ਦੇ ਪਿੰਡ ਦੇ ਜਿਹੜੇ ਤਿੰਨ ਖਿਡਾਰੀ ਇੰਡੀਆ ਟੀਮ ਤੇ ਗਏ ਤੇ ਏਸ਼ੀਆ ਦੇ ਗੋਲਡ ਮੈਡਲ ਜਿੱਤ ਕੇ ਲਿਆਏ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਵੀ ਉਹਨਾਂ ਵਾਂਗੂ ਬਣੀਏ ਤੇ ਗੋਲਡ ਮੈਡਲ ਜਿੱਤ ਕੇ ਛੋਟਾ ਸੁਪਨਾ ਵੀ ਹੈਗਾ ਗੋਲਡ ਮੈਡਲ ਜਿੱਤਣ ਦਾ ਹਾਂਜੀ एशियन गेम्स 2023 ਦੇ ਵਿੱਚ ਭਾਰਤ ਨੇ ਜਿਹੜਾ ਕਿ ਗੋਲਡ ਮੈਡਲ ਜਿੱਤਿਆ ਤੇ ਇਸ ਵਕਤ ਅਸੀਂ ਮੌਜੂਦ ਆ ਮਿੱਠਾਪੁਰ ਪਿੰਡ ਦੇ ਵਿੱਚ ਮੌਜੂਦ ਆ ਇੱਥੋਂ ਦੇ ਤਿੰਨ ਖਿਡਾਰੀ ਜਿਹੜੇ ਨੇ ਵਰਨ ਕੁਮਾਰ ਮਨਦੀਪ ਸਿੰਘ ਤੇ ਮਨਪ੍ਰੀਤ ਸਿੰਘ ਜੋ ਕਿ ਇਸ ਪਿੰਡ ਦੇ ਰਹਿਣ ਵਾਲੇ ਨੇ ਤੇ ਅੱਜ ਵਿਆਹ ਵਰਗਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਪਿੰਡ ਵਾਸੀ ਇਕੱਠੇ ਹੋਏ ਨੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਪਿੰਡ ਵਾਸੀ ਅੱਜ ਇਕੱਠੇ ਹੋਏ ਨੇ ਤੇ ਪਰੇਡ ਦੀ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਪਰੇਡ ਵੀ ਜਿਹੜੀ ਇੱਥੇ ਹੋਏਗੀ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਵਿਆਹ ਵਰਗਾ ਮਾਹੌਲ ਹੋਇਆ ਢੋਲ ਵੀ ਢੋਲ ਵਾਲੇ ਵੀ ਇੱਥੇ ਆ ਗਏ ਨੇ ਢੋਲ ਵਜਾ ਰਹੇ ਨੇ ਪਰੇਡ ਲਈ ਵੀ ਜਿਹੜੇ ਸਕੂਲ ਦੇ ਜਿਹੜੇ ਸਟੂਡੈਂਟ ਨੇ ਵਿਦਿਆਰਥੀ ਨੇ ਉਹ ਵੀ ਤਿਆਰ ਪਰ ਤਿਆਰ ਨੇ ਤੇ ਇਸ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਹੋ ਚੁੱਕਾ ਹੈ ਤਿੰਨੋਂ ਖਿਡਾਰੀ ਇਸ ਪਿੰਡ ਦੇ ਰਹਿਣ ਵਾਲੇ ਨੇ ਤੇ ਤਿੰਨੋਂ ਖਿਡਾਰੀ ਇਸ ਪਿੰਡ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਪਹੁੰਚਣ ਵਾਲੇ ਨੇ ਉਹਨਾਂ ਦਾ ਸਨਮਾਨਿਤ ਉਹਨਾਂ ਨੂੰ ਕੀਤਾ ਜਾਏਗਾ ਇਸ ਪਿੰਡ ਦੇ ਵਿੱਚ ਸੋ ਇਸ ਵਕਤ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਵਿਆਹ ਵਰਗਾ ਮਾਹੌਲ ਹੋਇਆ ਪਿਆ ਹੈ ਪਿੰਡ ਦੇ ਵਿੱਚ ਭਾਰਤ ਨੇ 5-1 ਦੇ ਨਾਲ ਜਿਹੜਾ ਕਿ ਜਪਾਨ ਨੂੰ ਹਰਾ ਕੇ ਗੋਲਡ ਮੈਡਲ ਏਸ਼ੀਅਨ ਗੇਮਸ ਦੇ ਵਿੱਚ ਆਪਣੇ ਨਾਮ ਕੀਤਾ ਹੈ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਹਾਕੀ ਦੇ ਵਿੱਚ ਸੋ ਅੱਜ ਤਿੰਨੋਂ ਖਿਡਾਰੀ ਆਪਣੇ ਪਿੰਡ ਦੇ ਵਿੱਚ ਪਹੁੰਚਣਗੇ ਉਹਨਾਂ ਦਾ ਸਵਾਗਤ ਕੀਤਾ ਜਾਏਗਾ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਨੇ ਸੋ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਹਾਰ ਫੜ ਕੇ ਖੜੇ ਨੇ ਤੇ ਬਿਲਕੁਲ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਖਿਡਾਰੀ ਨੇ ਇੰਡੀਆ ਹਾਕੀ ਦੇ ਜਿਹੜੇ ਖਿਡਾਰੀ ਨੇ ਪਿੰਡ ਦੇ ਵਿੱਚ ਪਹੁੰਚ ਚੁੱਕੇ ਨੇ ਸਵਾਗਤ ਕੀਤਾ ਜਾਏਗਾ ਉਹਨਾਂ ਦਾ ਢੋਲ ਨਗਾੜਿਆਂ ਦੇ ਨਾਲ ਪਰੇਡ ਕੀਤੀ ਜਾਏਗੀ ਸੋ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਤਿੰਨੇ ਖਿਡਾਰੀ ਇਸ ਪਿੰਡ ਦੇ ਵਿੱਚ ਜਿਹੜਾ ਕਿ ਪਹੁੰਚ ਚੁੱਕੇ ਨੇ ਸੋ ਗੱਡੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਤਿੰਨੇ ਖਿਡਾਰੀ ਇਸ ਵਕਤ ਪਹੁੰਚ ਚੁੱਕੇ ਨੇ ਮਿੱਠਾਪੁਰ ਪਿੰਡ ਦੇ ਵਿੱਚ ਇਸ ਵਕਤ ਮੌਜੂਦ ਹਨ ਤਿੰਨੇ ਖਿਡਾਰੀ ਇਸ ਪਿੰਡ ਦੇ ਰਹਿਣ ਵਾਲੇ ਨੇ ਸੋ ਪਹੁੰਚ ਚੁੱਕੇ ਨੇ ਖਿਡਾਰੀ ਇਸ ਵਕਤ ਪਹੁੰਚ ਚੁੱਕੇ ਨੇ ਆਪਣੇ ਪਿੰਡ ਦੇ ਵਿੱਚ ਪਹੁੰਚ ਚੁੱਕੇ ਨੇ ਸਨਮਾਨ ਕੀਤਾ ਜਾਏਗਾ ਸਨਮਾਨਿਤ ਕੀਤਾ ਜਾਏਗਾ ਤਿੰਨਾਂ ਖਿਡਾਰੀਆਂ ਨੂੰ ਇੱਥੇ ਪੂਰੀ ਦੁਨੀਆ ਦੇ ਵਿੱਚ ਨਾਮ ਮਿੱਠਾਪੁਰ ਦਾ ਜਿਹੜਾ ਨਾਮ ਹੈ ਚਮਕਾ ਦਿੱਤਾ ਗਿਆ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖਿਡਾਰੀ ਇਸ ਵਕਤ ਇੱਥੇ ਪਹੁੰਚ ਸੋ ਸਨਮਾਨਿਤ ਕੀਤਾ ਗਿਆ ਹੈ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਦੇਖ ਸਕਦੇ ਹੋ ਭਾਈ ਜੀ ਕਿਵੇਂ ਲੱਗ ਰਿਹਾ ਭਾਜੀ ਬਹੁਤ ਵਧੀਆ ਲੱਗ ਰਿਹਾ ਜੀ ਪਿੰਡ ਆ ਕੇ ਹੁਣ ਵਾਪਸ ਵਧੀਆ ਸਵਾਗਤ ਹੋ ਰਿਹਾ ਜੀ ਪੂਰੇ ਦੇਸ਼ ਨੇ ਬਹੁਤ ਵਧੀਆ ਪਿਆਰ ਨਾਲ ਸਵਾਗਤ ਕੀਤਾ ਆ ਤੇ ਮੈਡਲ ਜਿੱਤ ਕੇ ਤੇ ਦੇਸ਼ ਨੂੰ ਪ੍ਰਾਊਡ ਹੋ ਰਿਹਾ ਤੇ ਸਾਰੇ ਲੋਕਾਂ ਲਈ ਵੀ ਬਹੁਤ ਮਜ਼ਾ ਆ ਰਿਹਾ ਹੁਣ ਕਿੱਦਾਂ ਲੱਗ ਰਿਹਾ ਜੀ ਤੁਸੀਂ ਪਿੰਡ ਪਹੁੰਚੇ ਹੋ ਆਪਣੇ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਜਿੱਦਾਂ ਹੁਣ ਮੈਡਲ ਜਿੱਤ ਕੇ ਵਾਪਸ ਆਏ ਪੂਰੇ ਦੇਸ਼ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਸ ਚੀਜ਼ ਦੇ ਉੱਤੇ ਭਾਈ ਜੀ ਵਿਆਹ ਵਰਗਾ ਮਾਹੌਲ ਹੋਇਆ ਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਬਿਲਕੁਲ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਿੰਡ ਵਾਲਿਆਂ ਨੇ ਵਧੀਆ ਤਰੀਕੇ ਨਾਲ ਸਾਡਾ ਸਨਮਾਨ ਕੀਤਾ ਕਿਉਂਕਿ ਆਲਵੇਜ਼ ਸਾਨੂੰ ਬਹੁਤ ਵਧੀਆ ਇੱਕ ਮੋਟੀਵੇਸ਼ਨ ਮਿਲਦੀ ਹੈ ਜਦੋਂ ਅਸੀਂ ਆਉਂਦੇ ਹਾਂ ਸਾਡਾ ਸਵਾਗਤ ਕਰਦੇ ਆ ਤੇ ਮੈਂ ਥੈਂਕਸ ਕਰਦਾ ਹਾਂ ਉਹਨਾਂ ਨੇ ਵੀ ਸਾਰੇ ਜਿੰਨੇ ਵੀ ਐਥਲੀਟ ਆਏ ਸੀਗੇ ਮੈਡਲੀ ਸਹੀ ਉਹਨਾਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਉਹਨਾਂ ਨੇ ਇਹੀ ਕਿਹਾ ਕਿ ਆਪਾਂ ਬਹੁਤ ਵਧੀਆ ਕਰ ਰਹੇ ਦੇਸ਼ ਹੈ ਕਿਉਂਕਿ ਇਸ ਵਾਰ ਪਹਿਲੀ ਵਾਰ ਅਸੀਂ 107 ਮੈਡਲ ਜਿੱਤੇ ਪੂਰੇ ਆਪਣੀ ਇੰਡੀਆ ਨੇ ਤੇ ਬਹੁਤ ਵਧੀਆ ਲੱਗਾ ਉਦੋਂ ਉਹਨਾਂ ਨੇ ਸਾਰਿਆਂ ਨੂੰ ਮੋਟੀਵੇਟ ਕੀਤਾ ਉਹਨਾਂ ਨੇ ਇਹੀ ਕਿਹਾ ਕਿ ਇਦਾਂ ਹੀ ਅੱਗੇ ਆਪਣੀ ਮਿਹਨਤ ਕਰਦੇ ਰਹੋ ਪੈਰਿਸ ਓਲੰਪਿਕ ਵਿੱਚ ਆਪਾਂ ਹੋਰ ਜ਼ਿਆਦਾ ਮੈਡਲ ਲੈ ਕੇ ਆਵਾਂਗੇ ਸੋ ਪਿੰਡ ਦੇ ਲੋਕ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੜੇ ਪਿੰਡ ਦੇ ਵੀ ਜਿਹੜੇ ਲੋਕ ਨੇ ਬੜੇ ਖੁਸ਼ ਨੇ ਵਿਆਹ ਵਰਗਾ ਜਿਹੜਾ ਦੱਸ ਰਹੇ ਆ ਕਿ ਮਾਹੌਲ ਜਿਹੜਾ ਹੋਇਆ ਪਿਆ ਹੈ ਜਿਹੜੇ ਬੱਚੇ ਨੇ ਮਿੱਠਾਪੁਰ ਦੇ ਉਹ ਵੀ ਹਾਕੀ ਦੇ ਪਲੇਅਰ ਨੇ ਮਿੱਠਾਪੁਰ ਸੰਸਾਰਪੁਰ ਇਹ ਦੋ ਤਿੰਨ ਜਿਹੜੇ ਪਿੰਡ ਨੇ ਜਾਂ ਕੈਂਟ ਹੋ ਗਿਆ ਜਲੰਧਰ ਦੇ ਵਿੱਚ ਖਾਸ ਕਰ ਹਾਕੀ ਦੇ ਕਰਕੇ ਜਾਣੇ ਜਾਂਦੇ ਨੇ
ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਰੰਧਾ ਕਿਵੇਂ ਲੱਗ ਰਿਹਾ ਹੈ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਇੱਥੇ ਗੋਲਡ ਮੈਡਲ ਜਿੱਤ ਕੇ ਆਏ ਨੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਤੇ ਅਸੀਂ ਵੀ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹਾਂ ਅੱਜ ਸਾਰੇ ਮਿੱਠਾ ਬੋਲੀ ਬਹੁਤ ਵਧੀਆ ਦੇਣੇ ਅੱਜ ਮਤਲਬ ਚਾਹ ਦਾ ਦੇਣੇ ਆ ਤੇ ਅਸੀਂ ਉਹਨਾਂ ਦੇ ਪੂਰੇ ਸਵਾਗਤ ਦੀ ਤਿਆਰੀਆਂ ਲਈ ਖੜੇ ਇੱਥੇ ਅਸੀਂ ਆਪਣੀ ਪੂਰੀ ਹਾਕੀਆਂ ਨੂੰ ਤਾਨ ਚੱਕ ਕੇ ਉਹਨਾਂ ਨੂੰ ਰਿਸਪੈਕਟ ਦੇ ਰਹੇ ਹਾਂ ਤੇ ਬਾਕੀ ਇਹਨਾਂ ਨੂੰ ਕੰਗ੍ਰੈਚੁਲੇਸ਼ਨ ਸਾਡੇ ਸੀਨੀਅਰ ਪਲੇਅਰ ਨੂੰ ਮਿਠਾਵਰ ਦੇ ਜਿੱਤਣ ਲਈ ਮੈਚ ਥੈਂਕ ਯੂ ਹਾਕੀ ਦੀ ਤੁਹਾਡੀ ਟੀਮ ਹੈ ਨਾ ਹਾਂਜੀ ਇਹ ਸਾਡੀ ਅੰਡਰ 14 ਦੇ ਮਿਠਾਵਰ ਦੀ ਟੀਮ ਹੈ ਹਾਕੀ ਦੀ ਤੁਸੀਂ ਕੈਪਟਨ ਹੋ ਹਾਂਜੀ ਨਹੀਂ ਨਹੀਂ ਕੈਪਟਨ ਕੌਣ ਹੈ ਤੁਹਾਡੇ ਕੋਲ ਕੈਪਟਨ ਅੱਜ ਪ੍ਰੈਜ਼ੈਂਟ ਨਹੀਂ ਉਹਨੂੰ ਬੁਖਾਰ ਸੀਗਾ ਹੋਰ ਕੀ ਕਹਿਣਾ ਚਾਹੋਗੇ ਤੁਹਾਡੇ ਜਿਹੜੇ ਪਿੰਡ ਦੇ ਜਿਹੜੇ ਨੌਜਵਾਨ ਇੱਥੇ ਪਹੁੰਚੇ ਨੇ ਹਾਂਜੀ ਕਿਵੇਂ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਡੇ ਪਿੰਡ ਦੇ ਜਿਹੜੇ ਤਿੰਨ ਖਿਡਾਰੀ ਇੰਡੀਆ ਟੀਮ ਤੇ ਗਏ ਤੇ ਏਸ਼ੀਆ ਦੇ ਗੋਲਡ ਮੈਡਲ ਜਿੱਤ ਕੇ ਲਿਆਏ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਵੀ ਉਹਨਾਂ ਵਾਂਗੂ ਬਣੀਏ ਤੇ ਗੋਲਡ ਮੈਡਲ ਜਿੱਤ ਕੇ ਲਿਆਏ ਛੋਟਾ ਸੁਪਨਾ ਵੀ ਹੈਗਾ ਗੋਲਡ ਮੈਡਲ ਜਿੱਤਣ ਦਾ ਹਾਂਜੀ ਦੇਖ ਸਕਦੇ ਹੋ ਕਿ ਬਿਲਕੁਲ ਸਾਹਮਣੇ ਤਸਵੀਰਾਂ ਇਸ ਵਕਤ ਦੇਖ ਸਕਦੇ ਹੋ ਕਿ ਸਨਮਾਨਿਤ ਕੀਤਾ ਜਾ ਰਿਹਾ ਹਾਰ ਪਾਏ ਜਾ ਰਹੇ ਨੇ ਉਹਨਾਂ ਦੇ ਕਿਸ ਤਰੀਕੇ ਦੇ ਨਾਲ ਜਿਹੜਾ